ਗੁਰਜੀਤ ਸਿੰਘ ਢਿੱਲੋਂ ਉਹਨਾਂ 8 ਸਿਕਿਉਰਿਟੀ ਗਾਰਡਾਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਇਸ ਸਾਲ ਪੁਲਿਸ ਸ਼ਿਕਾਇਤਾਂ ਤੋਂ ਬਾਅਦ ਲਾਇਸੈਂਸ ਰੱਦ ਕਰ ਦਿੱਤਾ ਗਿਆ। ਪੁਲਿਸ ਵੱਲੋਂ ਪ੍ਰਾਈਵੇਟ ਸਿਕਿਉਰਿਟੀ ਪਰਸਨਲ ਲਾਇਸੈਂਸਿੰਗ ਅਥਾਰਟੀ ਨੂੰ ਸ਼ਿਕਾਇਤ ਕਰਕੇ ਉਸ ਦਾ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਸ਼ਿਕਾਇਤ ਵਿੱਚ ਦਰਜ ਕਰਵਾਇਆ ਗਿਆ ਸੀ ਕਿ ਢਿੱਲੋਂ ਨੂੰ ਆਪਣੀ ਫੈਮਿਲੀ ਰਿਲੇਸ਼ਨ ਵਿੱਚ ਇੱਕ ਵਿਅਕਤੀ ਨੂੰ ਕੁੱਟਮਾਰ ਕਰਨ ਦੇ ਦੋਸ਼ ਸਾਬਿਤ ਹੋਏ ਨੇ ਅਤੇ ਇਹ ਦੋਸ਼ ਉਸ ਵੇਲੇ ਦਾਇਰ ਕੀਤੇ ਗਏ ਸਨ ਜਦੋਂ ਕਿਸੇ ਹੋਰ ਮਾਮਲੇ ਵਿੱਚ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ। ਜਿਨ੍ਹਾਂ ਹੋਰ ਸਿਕਿਉਰਿਟੀ ਗਾਰਡਾਂ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਉਹਨਾਂ ਤੇ ਬਲਾਤਕਾਰ, ਜਾਨੋਂ ਮਾਰਨ ਦੀ ਧਮਕੀ ਦੇਣ, ਲੁੱਟ ਖੋਹ, ਪੁਲਿਸ ਤੇ ਹਮਲਾ, ਮਾਲਕ ਦੇ ਸਮਾਨ ਦੀ ਚੋਰੀ ਜਿਹੇ ਦੋਸ਼ ਸ਼ਾਮਿਲ ਨੇ। ਬਿਊਰੋ ਰਿਪੋਰਟ, NZ, ਪੰਜਾਬੀ ਨਿਊਜ਼।